close till I get up. Time is barely on our side. I don't wanna waste what's left. ਜਿਹਦੇ ਵਿੱਚ ਹਰ ਤਰ੍ਹਾਂ ਦੇ ਫੁੱਲਾਂ ਦੇ ਫਲਾਂ ਦੇ ਬੂਟੇ ਉਪਲਬਧ ਹਨ, ਸਾਰੇ ਵਧੀਆ ਕਿਸਮ ਦੇ ਤਸੱਲੀਦਾਰ ਇੱਥੋਂ ਫਲਦਾਰ ਅਤੇ ਫਲਾਵਰ ਜਾਂ ਘਰ ਦੇ ਸ਼ੋਅ ਵਾਲੇ ਬੂਟੇ ਮਿਲਦੇ ਨੇ ਇਸ ਵੀਡੀਓ ਰਾਹੀਂ। ਦੇਖੋ ਇਹ ਲੰਡਨ ਫੋਨਸ ਹੈ ਜੋ ਬਹੁਤ ਵਧੀਆ ਛਾਂ 'ਚ ਆਪਣੀ ਲੋਬੀ 'ਚ ਜਾਂ ਕਿਤੇ ਵੀ ਤੁਸੀਂ ਲਗਾ ਕੇ ਰੱਖ ਸਕਦੇ ਹੋ ਗਮਲੇ 'ਚ। ਅਗਰ ਇਹਨੂੰ ਕੱਚੇ ਥਾਂ 'ਚ ਲਾਓਗੇ ਤਾਂ ਇਹ ਬਹੁਤ ਵਧੀਆ ਵਰਕਸ਼ ਬਣ ਜਾਂਦਾ, ਵਧੀਆ ਸਜਾਵਟ ਦਿੰਦਾ। ਇਹ ਸਾਡੇ ਕੋਲ ਹੈ ਜੀ ਡਰੈਗਨ ਫਰੂਟ, ਜੋ ਨਾ ਖਾਦ ਨਾ ਖੁਰਾਕ ਕੁਛ ਵੀ ਜਾਂ ਪਾਣੀ ਵੀ ਬਹੁਤ ਘੱਟ ਲੈਂਦਾ। ਸੋ ਤੁਸੀਂ ਇਹਨੂੰ ਗਮਲੇ ਵਿੱਚ ਵੀ ਉਗਾ ਸਕਦੇ ਹੋ, ਛੱਤ 'ਤੇ ਵੀ ਉਗਾ ਸਕਦੇ ਹੋ। ਅਗਰ ਖੇਤੀ ਕਰਨੀ ਹੋਵੇ ਪਰ ਏਕੜ ਹੋਰ ਕੰਪਨੀਆਂ ਦਾ 6 ਲੱਖ 6.5 ਲੱਖ ਕਹਿੰਦੀਆਂ ਨੇ, ਪਰ ਅਸੀਂ 2-2.5 ਲੱਖ 'ਚ ਹੀ ਲਾ ਕੇ ਤਿਆਰ ਕਰਕੇ ਦਿੰਦੇ ਹਾਂ। ਇਹ ਸਾਡੇ ਕੋਲ ਬਟਨ ਟੈਪ ਗੁਲਾਬ ਹੈ, ਤੁਸੀਂ ਦੇਖ ਸਕਦੇ ਹੋ ਕਿਤਨਾ ਖਿਲਾ ਹੋਇਆ ਹੈ, ਬਹੁਤ ਜ਼ਿਆਦਾ ਫੁੱਲ ਡੂਡੀਆਂ ਨੇ। ਹਾਂਜੀ, ਅਤੇ ਹੋਰ ਤਰ੍ਹਾਂ ਦੇ ਰੰਗਦਾਰ ਗੁਲਾਬ ਹਨ, ਉਹ ਤੁਸੀਂ ਅੱਗੇ ਚੱਲ ਕੇ ਦੇਖ ਸਕਦੇ ਹੋ। ਇਹ ਇੰਗਲਿਸ਼ ਗੁਲਾਬ ਹੈ ਜੀ, ਜਿਹਦੇ ਵਿੱਚੋਂ ਬਹੁਤ ਵਧੀਆ ਸਮੈਲ ਆਉਂਦੀ ਹੈ ਸਾਰੇ ਬੂਟਿਆਂ 'ਚੋਂ। ਬੂਟੇ ਵੀ ਸਾਰੇ ਉਪਲਬਧ ਹਨ। ਇੱਧਰ ਆ ਗਿਆ ਜੀ, ਇਹ ਵਧੀਆ ਕਿਸਮ ਦਾ ਨਿੰਬੂ ਹੈ ਜੀ ਪਾਕਿਸਤਾਨੀ, ਜਿਹਨੂੰ ਪੈਪਸੀ ਲੈਮਨ ਵੀ ਕਹਿੰਦੇ ਨੇ। ਲਾਉਣ ਸਾਰ ਧਰਤੀ ਦੇ ਵਿੱਚ ਇਹਨੇ ਫਲ ਦੇਣਾ ਸ਼ੁਰੂ ਕਰ ਦੇਣਾ, 1 ਏਕੜ ਦੇ ਵਿੱਚੋਂ 2.5-3 ਲੱਖ ਦੀ ਫਸਲ ਨਿਕਲਦੀ ਹੈ। ਕਿੱਲਾ ਸਾਡੇ ਕੋਲ ਹਜ਼ਾਰ ਸਫੈਦੇ ਦਾ ਲਾਇਆ ਹੋਇਆ ਜੀ, ਜੋ 8-12 ਲੱਖ ਦੀ ਫਸਲ ਦਿੰਦਾ 1 ਏਕੜ 'ਚੋਂ। ਬਹੁਤ ਜ਼ਿਆਦਾ ਫਲ ਲੱਗਦਾ, 1 ਟਾਹਣੀ ਨੂੰ 15-20 ਫਰੂਟ ਲੱਗਦੇ ਨੇ। ਇਹ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਫਰੂਟ, 3-3, 4-4 ਦੇ ਗੁੱਛਿਆਂ 'ਚ ਵਿੱਚ ਫਰੂਟ ਆਉਂਦਾ, ਹਰ ਇੱਕ ਪੱਤੇ ਨਾਲ ਫਰੂਟ ਆਉਂਦਾ ਹੈ। ਇਹ ਅੱਗੇ ਵੀ ਫਰੂਟ ਇਹਨੇ ਚੁੱਕਣਾ। ਮਦਰ ਪਲਾਂਟ ਲਾਏ ਹੋਏ ਹਨ ਜਿਨ੍ਹਾਂ ਤੋਂ ਅਸੀਂ ਗੁਲਾਬ ਤਿਆਰ ਕਰਦੇ ਹਾਂ। ਇੱਧਰ ਤੱਕ ਸਾਰੇ ਰੰਗ ਨੇ, ਸਾਰੇ ਕਲਰ ਨੇ। ਇਹਦੇ ਲਵੇ ਸਾਡੇ ਕੋਲ ਇਹ ਕਿੰਨੂ ਪਿਆ, 50 ਨੰਬਰ 1, ਵਧੀਆ ਕਿਸਮ ਦਾ ਕਿੰਨੂ ਹੈ। ਹਰ ਕਿਸੇ ਨੂੰ ਵੀ ਲੋੜ ਹੈ ਤੁਸੀਂ ਲਿਜਾ ਸਕਦੇ ਹੋ, ਸਾਡੇ ਕੋਲ ਸਾਰੇ ਤਰ੍ਹਾਂ ਦੇ ਬੂਟੇ ਉਪਲਬਧ ਹਨ। ਬਹੁਤ ਸੋਹਣੇ ਸੋਹਣੇ ਰੰਗ ਨੇ, ਜੋ ਵੀ ਆਪ ਨੂੰ ਰੰਗ ਪਸੰਦ ਆਉਂਦਾ ਹੈ ਉਹੀ ਰੰਗ ਤੁਸੀਂ ਲਿਜਾ ਸਕਦੇ ਹੋ। ਜਾਮਣਾ ਜੀ ਲਵੇ ਆਪਣੇ ਦੁਸਹਿਰੀ, ਜੋ ਪਤਲੀ ਗੁਠਲੀ ਵਾਲਾ ਹੁੰਦਾ ਅੰਬ ਤਿਆਰ। ਦੁਸਹਿਰੀ ਅੰਬਾ ਜੀ ਜੋ ਫਰੂਟਿੰਗ 'ਤੇ ਤਿਆਰ ਹੈ, ਤੁਸੀਂ ਦੇਖ ਸਕਦੇ ਹੋ ਇਹਨੇ ਫਲ ਚੱਕਿਆ ਹੋਇਆ, 2-4 ਅੰਬ 1 ਅੰਬ ਜ਼ਰੂਰ ਦੇਊਗਾ। ਇਸ ਦੀ ਪਹਿਲੀ ਵਾਰੀ ਫਰੂਟਿੰਗ ਕੀਤੀ ਹੋਈ ਹੈ ਅਤੇ ਫੁੱਲ ਖਿੜੇ ਹੋਏ ਨੇ, ਅੰਬ ਬਣ ਨੂੰ ਤਿਆਰ ਹੋ ਜਾਣਗੇ। ਅਤੇ ਵੱਡਾ ਅੰਬ ਹੈ ਦੁਸਹਿਰੀ, ਇੱਧਰ ਦੇਖੋ ਜੀ ਤਾਈਵਾਨ ਪਿੰਕ ਜਿਹਨੇ ਫਲ ਚੁੱਕਿਆ ਹੋਇਆ, ਇਹਦਾ ਫਲ ਹੁਣ ਪੱਕੂਗਾ ਵੀ ਸਿਰਫ 1 ਫੁੱਟ ਦਾ ਬੂਟਾ ਹੈ। ਇਹ ਫਰੂਟ ਆਇਆ ਹੋਇਆ ਜੀ, ਦੇਖੋ ਤੁਸੀਂ ਦੇਖ ਸਕਦੇ ਹੋ ਸਾਰੇ ਬੂਟੇ ਨੇ ਫਲ ਚੱਕਿਆ ਹੋਇਆ। ਬਹੁਤ ਘੱਟ ਰੇਟ 'ਤੇ ਅਸੀਂ ਬੂਟਾ ਹਾਲੇ ਦੇ ਘਰ ਤੱਕ ਪਹੁੰਚ ਕਰਦੇ ਹਾਂ, ਅਤੇ ਸਾਡੀ ਰਿਪਲੇਸਮੈਂਟ ਵੀ ਹੈ। ਅਗਰ ਬੂਟਾ ਮਰਦਾ ਤਾਂ ਅਸੀਂ ਉਹਨਾਂ ਪੈਸਿਆਂ ਦੇ ਵਿੱਚ ਹੀ ਦੁਬਾਰੇ ਬੂਟੇ ਆਲੇ ਦੇ ਘਰ ਦੇ ਕੇ ਆਵਾਂਗੇ, ਜਾਂ ਖੇਤ 'ਚ ਵੀ ਲਾਏ ਨੇ ਉੱਥੇ ਵੀ ਦੇ ਕੇ ਆਵਾਂਗੇ। ਸਾਡੇ ਕੋਲ ਜੀ ਐਪਲ ਕਰੋਸਿੰਗ ਬੇਰੀ ਹੈ, ਜੋ ਵਧੀਆ ਕਿਸਮ ਦੀ ਬੇਰੀ ਹੈ। ਤੁਸੀਂ ਸ਼ਹਿਰ ਵਿੱਚੋਂ ਗੋਲ ਹਰੇ ਰੰਗ ਦੇ ਬੇਰ ਖਰੀਦੇ ਹੋਣਗੇ ਜਾਂ ਖਾਧੇ ਹੋਣਗੇ, ਇਹ ਉਹ ਬੇਰੀ ਹੈ ਜੋ ਬਹੁਤ ਜ਼ਿਆਦਾ ਫਲ ਦਿੰਦੀ ਹੈ, ਵਧੀਆ ਫਲ ਦਿੰਦੀ ਹੈ।
ਹਰੇ ਰੰਗ ਦਾ ਬੇਰ ਹੁੰਦਾ ਤੇ ਇੱਕ ਸਾਡੇ ਕੋਲ ਹੋਰ ਕਿਸਮ ਹੈ ਜੋ ਉਹ ਵੀ ਐਪਲ ਕਰੋਸਿੰਗ ਹੈ ਉਹਦਾ ਰੰਗ ਰੈੱਡ ਹੁੰਦਾ ਪਰ ਸੇਬ ਜਿੱਡਾ ਹੀ ਬੇਰ ਹੁੰਦਾ ਇਹ ਉੱਧਰ ਪਈ ਹੈ ਜੀ ਆ ਕੇ ਇਹ ਆ ਆਪਣੇ ਸੰਧੂਰੀ ਬੇਰੀ ਜੀ ਜਿਹਦਾ ਬੇਰ 200 ਗ੍ਰਾਮ ਤੋਂ ਉੱਤੇ ਹੁੰਦਾ ਵਧੀਆ ਸੰਧੂਰੀ ਬੇਰੀ ਹੈ ਇਹ ਸੰਧੂਰੀ ਬੇਰੀ ਹੈ ਜੀ ਜੋ ਐਤਕੀ ਪਹਿਲੀ ਵਾਰੀ ਫਲ ਦਊਗੀ ਜਿਹਦਾ ਫਲ ਬਹੁਤ ਸ਼ਾਨਦਾਰ ਹੁੰਦਾ ਮਿੱਠਾ ਹੁੰਦਾ ਤੇ ਗਿਟਕ ਬਹੁਤ ਛੋਟੀ ਹੁੰਦੀ ਹੈ ਆਹ ਦੇਖੋ ਜੀ ਨਾਲੇ ਤਾਂ ਫਰੂਟਿੰਗ ਹੋ ਰਹੀ ਹੈ ਨਾਲੇ ਫਲ ਚੁੱਕ ਰੱਖਿਆ ਤੇ ਅਸੀਂ ਫਲ ਤੋੜ ਕੇ ਵੀ ਖਾ ਲਿਆ ਤੀਜਾ ਫਲ ਅਸੀਂ ਤੋੜ ਕੇ ਖਾ ਵੀ ਲਿਆ ਤੇ ਇਹ ਫਲ ਬਣ ਵੀ ਰਿਹਾ ਤੇ ਫਲ ਚੱਕ ਵੀ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਫਲਾਵਰਿੰਗ ਹੋ ਰਹੀ ਹੈ ਸੋ ਆਉਂਦੇ ਸਾਲ ਨੂੰ ਅਸੀਂ ਇਸ ਕਿਸਮ ਦੇ ਬੂਟੇ ਵੀ ਉਪਲਬਧ ਕਰਾਵਾਂਗੇ ਕਿਸਾਨ ਵੀਰਾਂ ਨੂੰ ਜਿਸ ਕਿਸੇ ਨੂੰ ਵੀ ਲੋੜ ਹੈ ਬਾਗ ਲਾਉਣੇ ਨੇ ਵੱਧ ਤੋਂ ਵੱਧ ਬਾਗ ਲਾਓ ਸਾਡੇ ਕੋਲ ਆ ਕੇ ਬੂਟੇ ਦੇਖੋ ਪਰਖੋ ਜੋ ਵੀ ਕਿਸਮ ਤੁਹਾਨੂੰ ਪਸੰਦ ਆਉਂਦੀ ਹੈ ਅਸੀਂ ਉਹੀ ਕਿਸਮ ਤੁਹਾਨੂੰ ਉਪਲਬਧ ਕਰਾਵਾਂਗੇ ਸੀਡਲੈਸ ਲੈਮਨ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਬੂਟਾ ਕਿੰਨਾ ਇਹਨੇ ਫਲ ਚੁੱਕਿਆ ਹੋਇਆ ਇਹ ਦੇਖੋ ਫਲ ਬਣਨ ਨੂੰ ਲੱਗ ਗਿਆ ਇਹਦੇ ਵਿੱਚ ਬੀਜ ਨਹੀਂ ਹੁੰਦਾ ਪਾਣੀ ਬਹੁਤ ਜ਼ਿਆਦਾ ਹੁੰਦਾ ਸੋ ਤੁਸੀਂ ਨਿੰਬੂ ਦੀ ਖੇਤੀ ਵੀ ਕਰਕੇ ਬਹੁਤ ਪੈਸਾ ਕਮਾ ਸਕਦੇ ਹੋ ਵਿਜਿਟ ਕਰੋ ਹਾਂਜੀ ਇੱਕ ਵਾਰੀ ਸਾਡੇ ਉਰੇ ਨਰਸਰੀ 'ਚ ਆਓ ਵਿਜਿਟ ਕਰੋ ਜੋ ਵੀ ਤੁਹਾਨੂੰ ਪੌਦੇ ਦੀ ਲੋੜ ਹੋਊਗੀ ਅਸੀਂ ਘੱਟ ਰੇਟ 'ਤੇ ਹੋਰਾਂ ਨਰਸਰੀਆਂ ਨਾਲ ਤੁਹਾਨੂੰ ਇਹ ਬੂਟੇ ਉਪਲਬਧ ਕਰਾਵਾਂਗੇ ਜੋ 5 ਤੋਂ 8 ਲੱਖ ਦੀ ਪ੍ਰਤੀ ਏਕੜ ਫਸਲ ਦਿੰਦੀ ਆ ਇਹਦਾ ਗਰਮੀਆਂ ਦਾ ਅਮਰੂਦ 250 ਗ੍ਰਾਮ ਤੋਂ ਲੈ ਕੇ 300 ਗ੍ਰਾਮ ਹੁੰਦਾ ਅਤੇ ਸਰਦੀਆਂ ਦਾ ਫਲ 700 ਤੋਂ 1 ਕਿਲੋ ਤੱਕ ਦਾ ਹੋ ਜਾਂਦਾ ਬਹੁਤ ਵਧੀਆ ਕਿਸਮ ਹੈ ਮਿੱਠੀ ਕਿਸਮ ਹੈ ਤੁਸੀਂ BNR ਵੀ ਆਪਣੇ ਖੇਤ ਵਿੱਚ ਲਗਾ ਸਕਦੇ ਹੋ ਛੋਟਾ ਜਿਹਾ ਬੂਟਾ ਦੇਖੋ ਕਿੰਨਾ ਫਲ ਲੱਗਿਆ ਹੋਇਆ ਇਹ ਸਾਡੇ ਕੋਲ ਸਦਾਬਹਾਰ ਅੰਬ ਹੈ ਜੀ ਸੰਧੂਰੀ ਜੋ ਸਾਲ ਦੇ ਵਿੱਚ 3 ਵਾਰੀ ਫਸਲ ਦਿੰਦਾ ਬਹੁਤ ਮਿੱਠਾ ਹੁੰਦਾ ਆਕਾਰ 'ਚ ਥੋੜ੍ਹਾ ਛੋਟਾ ਹੁੰਦਾ ਸੋ ਅਸੀਂ ਇਹ ਕਿਸਮ ਨੂੰ ਲਾ ਕੇ ਵੀ ਪੰਜਾਬ ਦੇ ਵਿੱਚ ਪਰਖ ਕਰ ਸਕਦੇ ਹਾਂ ਇੱਕ ਇੱਕ ਦੋ ਦੋ ਬੂਟੇ ਲਾ ਕੇ ਜ਼ਰੂਰ ਦੇਖੋ ਬਹੁਤ ਵਧੀਆ ਵਰਾਇਟੀ ਹੈ ਛੋਟੇ ਜਿਹੇ ਲਿਫਾਫੇ ਦੇ ਵਿੱਚ ਦੇਖੋ ਇਹਨੇ ਫਲ ਚੱਕਿਆ ਹੈ ਪਹਿਲਾ ਫਲ ਹੈ ਆਉਂਦੇ ਸਾਲ ਨੂੰ ਇਹਨੇ ਪੂਰਾ ਫਲ ਦੇਣਾ ਬਹੁਤ ਵਧੀਆ ਕਿਸਮ ਹੈ ਸਾਡੇ ਕੋਲ ਸੰਧੂਰੀ ਸਦਾਬਹਾਰ ਅੰਬ ਦੇ ਬੂਟੇ ਵੀ ਉਪਲਬਧ ਨੇ ਸੋ ਉਰੇ ਆ ਕੇ ਵਿਜਿਟ ਕਰੋ ਦੇਖੋ ਜੋ ਵੀ ਕਿਸਮ ਤੁਹਾਨੂੰ ਪਸੰਦ ਆਉਂਦੀ ਹੈ ਤੁਸੀਂ ਲਿਜਾ ਸਕਦੇ ਹੋ ਸਾਡੇ ਕੋਲ ਘਰਾਂ ਦੇ ਵਿੱਚ ਕੋਠੀਆਂ 'ਚ ਲਾਉਣ ਨੂੰ ਜਿਵੇਂ ਕਿ ਪਾਮ ਅਰੀਕਾ ਪਾਮ ਮਛਲੀ ਪਾਮ ਕੰਘੀ ਪਾਮ ਮੋਰ ਪਾ ਅਤੇ ਐਰੋਕੇਰੀਆ ਲੰਦਨ ਫੋਨਸ ਮੋਰ ਪੰਖ ਹੈ ਜੀ ਬਹੁਤ ਵਧੀਆ ਬੂਟੇ ਨੇ ਅਤੇ ਇੱਧਰ ਆਪਣਾ ਐਰੋਕੇਰੀਆ ਆ ਗਿਆ ਜੀ ਅਰੀਕਾ ਪਾਮ ਪਿਆ ਜੀ ਹੋਰ ਹਰ ਤਰ੍ਹਾਂ ਦੇ ਕੋਠੀਆਂ 'ਚ ਅਤੇ ਆਪਣੇ ਪਾਰਕਾਂ 'ਚ ਲਾਉਣ ਲਈ ਬੂਟੇ ਵੀ ਉਪਲਬਧ ਨੇ ਸੋ ਸਾਡੇ ਕੋਲ ਘਾਹ ਵੀ ਮਿਲਦਾ ਬਹੁਤ ਵਧੀਆ ਤਰ੍ਹਾਂ ਤਰ੍ਹਾਂ ਦੇ ਬੂਟੇ ਸ਼ਾਨਦਾਰ ਬੂਟੇ ਮਿਲਦੇ ਨੇ ਸਾਡੇ ਕੋਲ ਗੋਲਡਨ ਹੈਜ ਹੈ ਜੀ ਪਾਰਕ ਲਵਾਉਣਾ ਹੋਵੇ ਜਾਂ ਘਰ ਦੇ ਵਿੱਚ ਜਾਂ ਕੋਈ ਵੱਡੇ ਪਾਰਕ ਲਾਉਣੇ ਹੋਣ ਇਸ ਵਾਰ ਕਰਾਸ ਹੈ ਜੀ ਜੀਨੀਆ ਕੋਚੀਆ ਸਾਡੇ ਕੋਲ ਪੌਦਾ ਉਪਲਬਧ ਹੈ ਹੁਣ ਤੁਸੀਂ ਲਿਜਾ ਸਕਦੇ ਹੋ ਤੁਸੀਂ ਕਦੋਂ ਵੀ ਆ ਕੇ ਵਿਜਿਟ ਕਰ ਸਕਦੇ ਹੋ ਸਾਡਾ ਕਨੈਕਟ ਨੰਬਰ ਹੈ 97795 4493 ਅਗਰ ਵੀਡੀਓ ਚੰਗੀ ਲੱਗੀ ਸ਼ੇਅਰ ਅਤੇ ਲਾਇਕ ਜ਼ਰੂਰ ਕਰਨਾ ਇਹ ਜਗ੍ਹਾ ਨਰਸਰੀ ਲਹਿਰਾ ਤੋਂ ਚੀਮਾ ਰੋਡ ਹਰਗੋਬਿੰਦ ਪਬਲਿਕ ਸਕੂਲ ਦੇ ਨਜ਼ਦੀਕ ਹੈ ਬਿਲਕੁਲ ਨੇੜੇ ਹੈ ਅਤੇ ਨਰਸਰੀ ਦੇ ਵਿੱਚ ਗੱਡੀ ਆਉਂਦੀ ਹੈ ਵਾਪਸ ਵੀ ਮੋੜੀ ਜਾਂਦੀ